ਇਹ ਫਿਲਮ ਅਸੀਂ 3 ਸਾਲ ਅੱਜ ਤੋਂ ਪਹਿਲਾਂ ਬਣਾਈ ਸੀ 14 ਤੋਂ 15 ਜਿਹੜੇ ਅਵਾਰਡ ਆ ਉਹ ਇਹਨੂੰ ਮਿਲ ਚੁੱਕੇ ਆ 22 ਮਿੰਟਸ ਦੀ ਟੋਟਲ ਫਿਲਮ ਹੈਗੀ ਜਦੋਂ ਦੰਗੇ ਹੋਏ ਸੀ ਤਾਂ ਉਹਨਾਂ ਤੇ ਬੇਸਡ ਇੱਕ ਲਵ ਸਟੋਰੀ ਸੀ ਕਿ ਜਿਹੜਾ 84 ਤੋਂ ਪਹਿਲਾਂ ਦਾ ਘਰ ਆ ਉਹਦੇ ਵਿੱਚ ਹੀ ਅਸੀਂ ਸ਼ੂਟ ਕੀਤੀ ਆ ਕਿ ਟੋਟਲ ਹਰੇਕ ਕੈਟਾਗਰੀ ਦੇ ਵਿੱਚ ਇਹਨੂੰ ਅਲੱਗ-ਅਲੱਗ ਜਿਹੜੇ ਹੈਗੇ ਅਵਾਰਡ ਉਹ ਮਿਲ ਚੁੱਕੇ ਆ ਇਹ ਜਿਹੜੀ ਵੀ ਫਿਲਮ ਹੈਗੀ ਆ ਮੁਹੱਬਤ ਦੀ ਮਿੱਟੀ ਫਿਲਮ ਹੈਗੀ ਆ ਪੰਜਾਬੀ ਦੇ ਪ੍ਰੋਮਿਨੈਂਟ ਰਾਈਟਰ ਹੈਗੇ ਰਾਮ ਸਰੂਪ ਅਣਖੀ ਜੀ ਬਰਨਾਲਾ ਤੋਂ ਉਹਨਾਂ ਦੀ ਕਹਾਣੀ ਤੇ ਆਧਾਰਿਤ ਫਿਲਮ ਹੈਗੀ ਇੱਕ ਲਵ ਸਟੋਰੀ ਐ ਐਕਚੁਅਲ ਚ ਤੇ ਇਹ ਫਿਲਮ ਅਸੀਂ 3 ਸਾਲ ਅਜ ਤੋਂ ਪਹਿਲਾਂ ਬਣਾਈ ਸੀ ਬਟ ਇਹਦੀ ਲਾਸਟ ਈਅਰ ਅਸੀਂ ਸਬਮਿਸ਼ਨ ਕੀਤੀ ਐ ਫਿਲਮ ਫੈਸਟੀਵਲ ਅਸ ਦੇ ਵਿਚ ਉਹਦੇ ਵਿੱਚ ਉਹ ਇਹ ਟੋਟਲ ਜਿਹੜੇ ਨੈਸ਼ਨਲ ਦੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੈਗੇ ਆ ਉਹਨਾਂ ਦੀ 35 ਦੇ ਅਪਰੋਕਸ ਅਸੀਂ ਐਂਟਰੀਜ਼ ਕੀਤੀਆਂ ਜਿਹਦੇ ਵਿੱਚ ਆਫੀਸ਼ੀਅਲ ਇਹਦੀ ਸਿਲੈਕਸ਼ਨ ਹੈਗੀ ਆ 25 ਪਲੱਸ ਹੈਗੀ ਤੇ ਇਹਨੂੰ ਹੁਣ ਤੱਕ ਟੋਟਲ ਮਤਲਬ 14 ਤੋਂ 15 ਜਿਹੜੇ ਅਵਾਰਡ ਆ ਉਹ ਇਹਨੂੰ ਮਿਲ ਚੁੱਕੇ ਆ ਤੇ ਉਹਦੇ ਵਿੱਚ ਇਹ ਹੈਗਾ ਪੰਜਾਬ ਦੇ ਵਿੱਚ ਅਸੀਂ ਰੀਸੈਂਟ ਅਵਲ ਫਿਲਮ ਫੈਸਟੀਵਲ ਹੋਇਆ ਸੀ ਤੇ ਇੱਕ ਚੰਡੀਗੜ੍ਹ ਦੇ ਵਿੱਚ ਹੁਣ ਫੈਸਟੀਵਲ ਚੱਲ ਰਿਹਾ ਉਹਦੇ ਵਿੱਚ ਨੋਮੀਨੇਟ ਹੋਈ ਹੈ ਪੰਜਾਬ ਦੇ ਵਿੱਚ ਹਜੇ ਟੋਟਲ ਅਸੀਂ ਦੋ ਐਂਟਰੀਜ਼ ਕਰਾਈਆਂ ਪਰ ਪੰਜਾਬ ਤੋਂ ਬਾਹਰ ਅਸੀਂ ਨੈਸ਼ਨਲ ਲੈਵਲ ਤੇ ਪੂਨੇ ਕੋਲਕਾਤਾ ਯੂਐਸਏ ਇੰਡੀ ਸ਼ਾਰਟ ਫਿਲਮ ਫੈਸਟੀਵਲ ਹੁੰਦਾ ਹੈ ਮਤਲਬ ਇੰਟਰਨੈਸ਼ਨਲ ਲੈਵਲ ਤੇ ਹੁਣ ਤੱਕ ਮੈਨੂੰ ਲੱਗਦਾ ਹੈ ਕਿ ਪੰਜਾਬੀ ਦੀ ਪਹਿਲੀ ਫਿਲਮ ਹੈਗੀ ਜਿਹਦੇ ਕੋਲੇ 13 ਤੋਂ 14 14 ਤੋਂ 15 ਜਿਹੜੇ ਅਵਾਰਡ ਹੁਣ ਤੱਕ ਆ ਚੁੱਕੇ ਹੈ ਕਿੰਨੇ ਮਿੰਟ ਦੀ ਹੈ ਕਿਰਦਾਰ ਕੀ ਹੈ ਜੀ ਇਹ ਟੋਟਲ ਫਿਲਮ ਹੈਗੀ Uh, 22 ਮਿੰਟਸ ਦੀ ਟੋਟਲ ਫਿਲਮ ਹੈਗੀ ਇਹ ਅਸੀਂ ਮਾਨਸਾ ਦੇ ਏਰੀਆ ਦੇ ਵਿੱਚ ਇੱਕ ਕਿਉਂਕਿ ਇਹ ਜਿਹੜੀ ਹੈਗੀ ਆ ਰਾਈਟਸ ਦੇ ਉੱਤੇ ਜਦੋਂ ਦੰਗੇ ਹੋਏ ਸੀ ਤਾਂ ਉਹਨਾਂ ਤੇ ਬੇਸਡ ਇੱਕ ਲਵ ਸਟੋਰੀ ਸੀ ਹਾਂਜੀ ਹਾਂ ਇਹ ਅਸੀਂ ਮਾਨਸਾ ਦੇ ਏਰੀਆ ਦੇ ਵਿੱਚ ਇੱਕ ਪ੍ਰੋਪਰ ਘਰ ਦੇ ਵਿੱਚ ਉਹ ਜਿਹੜਾ 84 ਤੋਂ ਪਹਿਲਾਂ ਦਾ ਘਰ ਆ ਉਹਦੇ ਵਿੱਚ ਅਸੀਂ ਸ਼ੂਟ ਕੀਤੀ ਆ ਦੋ ਇਹਦੇ ਵਿੱਚ ਮੇਨ ਲੀਡ ਤੇ ਕਿਰਦਾਰ ਹੈਗੇ ਉਹ ਦੋਨੋਂ ਥੀਏਟਰ ਦੇ ਆਰਟਿਸਟ ਹੈ ਸੁਖਪਾਲ ਬਾਜਵਾ ਤੇ ਸੰਦੀਪ ਕੌਰ ਉਸ ਤੋਂ ਬਿਨਾਂ ਇਹਦੇ ਵਿੱਚ ਕਾਸਟ ਦੇ ਵਿੱਚ ਇੱਕ ਤਰਮਿੰਦਰ ਮੈਡਮ ਹੈਗੇ ਆ ਮਾਨਸਾ ਦੇ ਉਹ ਵੀ ਅੱਜਕੱਲ੍ਹ ਪੰਜਾਬੀ ਫਿਲਮਾਂ 'ਚ ਬਹੁਤ ਮਤਲਬ ਉਹਦਾ ਨਾਮ ਹੈ ਤੇ ਇਹ ਫਿਲਮ ਨੂੰ ਅਪਰੋਕਸ ਅਸੀਂ ਲੇਜੈਂਡਰਸ ਦੇ ਵੱਲੋਂ ਟੀਮ ਵੱਲੋਂ ਜਿਹੜਾ ਹੈਗਾ ਕਿ ਪ੍ਰੋਡਿਊਸ ਕੀਤਾ ਸੀਗਾ ਤੇ ਇਹਦੇ ਵਿੱਚ ਅਸੀਂ ਮਤਲਬ ਮੈਂ ਤੁਹਾਨੂੰ ਜਿਹੜੇ ਇੰਡੀਵਿਜੂਅਲ ਇਹਦੇ ਹੈਗੇ ਅਵਾਰਡ ਉਹਦੇ ਵਿੱਚ ਉਹ ਬੈਸਟ ਸਿਨਮੈਟੋਗ੍ਰਾਫੀ ਬੈਸਟ ਫਿਲਮ ਬੈਸਟ ਸਟੋਰੀ ਬੈਸਟ ਕਨਸੈਪਟ ਬੈਸਟ ਸ਼ਾਰਟ ਫਿਲਮ ਬੈਸਟ ਐਕਸਪੈਰੀਮੈਂਟਲ ਫਿਲਮ ਬੈਸਟ ਸਕਰੀਨਪਲੇ ਬੈਸਟ ਸ਼ਾਰਟ ਫਿਲਮ ਬੈਸਟ ਆਰਟਿਸਟ ਬੈਸਟ ਐਡੀਟਰ ਤੇ ਬੈਸਟ ਡਾਇਰੈਕਟਰ ਤੱਕ ਦਾ ਇਹਨੂੰ ਮਤਲਬ ਜਿਹੜਾ ਅਵਾਰਡ ਹੈ ਮਤਲਬ ਮੈਨੂੰ ਲੱਗਦਾ ਕਿ ਟੋਟਲ ਹਰੇਕ ਕੈਟਾਗਰੀ ਦੇ ਵਿੱਚ ਇਹਨੂੰ ਅਲੱਗ-ਅਲੱਗ ਜਿਹੜੇ ਹੈਗੇ ਅਵਾਰਡ ਉਹ ਮਿਲ ਚੁੱਕੇ ਆ ਤੇ ਹੁਣ ਕਿੱਥੇ ਖੜੀ ਹੈ ਤੁਹਾਨੂੰ ਲੱਗਦਾ ਕਿ ਫਿਲਮ ਲਾਉਣ ਤੋਂ ਬਾਅਦ ਕੀ ਲੱਗਿਆ ਕਿ ਐਦਾਂ ਦੀ ਫਿਲਮਾਂ ਨੂੰ ਕਿਵੇਂ ਹੰਗਾਰਾ ਮਿਲਿਆ ਅੱਗੇ ਕੀ ਕਰਨਾ ਚਾਹੁੰਦੇ ਆ ਸਾਡਾ ਇਹ ਇੱਕ ਐਕਸਪੈਰੀਮੈਂਟ ਸੀਗਾ ਕਿਉਂਕਿ ਹੁਣ ਦਾ ਜਿਹੜਾ ਦੌਰ ਆ ਬਹੁਤ ਕਮਰਸ਼ ਸਕ੍ਰਿਪਟਸਾ ਉਹਨਾਂ ਨੂੰ ਬਹੁਤ ਲੋਕ ਪਸੰਦ ਕਰਦੇ ਪਰ ਉਹਦੇ ਇੱਕ ਪੈਰਲਲ ਜਿਹੜੀ ਇਹ ਹੈਗੀ ਆ ਆਰਟ ਦੇ ਉੱਤੇ ਕਿਸੇ ਕਹਾਣੀ ਦੇ ਉੱਤੇ ਇੱਕ ਪ੍ਰੋਮਿਨੈਂਟ ਰਾਈਟਰ ਦੇ ਉੱਤੇ ਕੰਮ ਕਰਨਾ ਸਾਨੂੰ ਉਹਦੇ ਵਿੱਚ ਆਪਦੇ ਆਪ ਚ ਇੱਕ ਮਾਣ ਸੀਗਾ ਕਿ ਅਸੀਂ ਇੱਕ ਕੈਟਾਗਰੀ ਤੋਂ ਹਟ ਕੇ ਜਿਹੜਾ ਕੰਟੈਂਟ ਆ ਉਹ ਅਸੀਂ ਪੰਜਾਬ ਦੇ ਵਿੱਚ ਸਟਾਰਟ ਕੀਤਾ ਸਾਡੀਆਂ ਹੋਰ ਵੀ ਅਸੀਂ ਦੋ ਤੋਂ ਤਿੰਨ ਫਿਲਮਾਂ ਜਿਹੜੀਆਂ ਰਾਈਟਰ ਸਾਡਾ ਨਰਿੰਦਰ ਹੈਗਾ ਉਹਦੀਆਂ ਕਹਾਣੀਆਂ ਅਸੀਂ ਸਟਾਰਟ ਕੀਤੀਆਂ ਨਵੇਂ ਰਾਈਟਰਸ ਨੂੰ ਵੀ ਅਸੀਂ ਨਾਲ-ਨਾਲ ਕੈਰੀ ਕਰਦੇ ਆ ਇਹ ਫਿਲਮ ਅਪਰੋਕਸ ਜ਼ੀਰੋ ਬਜਟ ਸੀ ਜ਼ੀਰੋ ਬਜਟ ਦਾ ਮਤਲਬ ਇੱਥੇ ਇਹ ਨਹੀਂਗਾ ਕਿ ਅਸੀਂ ਜ਼ੀਰੋ ਪੈਸਾ ਲਾਇਆ ਅਸੀਂ ਜਸਟ ਜਿਹੜੀਆਂ ਸਰਵਿਸਸਾਂ ਅਸੀਂ ਲਈਆਂ ਉਹ ਅਸੀਂ ਕੰਟੈਕਟ ਦੇ ਥਰੂ ਲਈਆਂ ਉਹਨਾਂ ਨੂੰ ਅਸੀਂ ਉਹਨਾਂ ਪੇ ਨਹੀਂ ਕਰ ਸਕੇ ਜਿੰਨਾ ਉਹ ਡਿਜ਼ਰਵ ਕਰਦੇ ਆ ਬਟ ਅਸੀਂ ਕੋਸ਼ਿਸ਼ ਕੀਤੀ ਕਿ ਇੱਕ ਵਾਰ ਫਿਲਮ ਬਣੀ ਉਹਨਾਂ ਉਹ ਫਿਲਮ ਦਾ ਇੱਕ ਪ੍ਰੋਡਕਟ ਉਹ ਜਦੋਂ ਦੇਖਦੇ ਆ ਤਾਂ ਅਸੀਂ ਜਿੰਨੇ ਵੀ ਆਰਟਿਸਟ ਸੀਗੇ ਜਿਨ੍ਹਾਂ ਦੀਆਂ ਸਰਵਿਸਸਾਂ ਲਈਆਂ ਉਹਨਾਂ ਨੇ ਜਦੋਂ ਫਿਲਮ ਦੇਖੀ ਤਾਂ ਉਹ ਸੈਟੀਸਫਾਈਡ ਆ ਇਥੇ ਖਾਸ ਮੈਂਸ਼ਨ ਮੈਂ ਕ੍ਰਾਂਤੀਪਾਲ ਜੀ ਦਾ ਕਰੂੰ ਜਿਹੜੇ ਰਾਮਸਰੂਪਨਖੀ ਜੀ ਦੇ ਬੇਟੇ ਐ ਇਸ ਟਾਈਮ ਵਾਲੀਗੜ ਯੂਨੀਵਰਸਿਟੀ ਦੇ ਵਿੱਚ ਹੈਗੇ ਆ ਅਸੀਂ ਉਹਨਾਂ ਨੂੰ ਵੀ ਇਸ ਫਿਲਮ ਨੂੰ ਬਣਾਉਣ ਤੋਂ ਬਾਅਦ ਮਿਲੇ ਆ ਕਿਉਂਕਿ ਸਾਨੂੰ ਪਹਿਲਾਂ ਨਹੀਂ ਸੀ ਉਹਨਾਂ ਦਾ ਐਡਰੈਸ ਨਹੀਂ ਸੀ ਪਤਾ ਕੰਟੈਕਟ ਨਹੀਂ ਸੀ ਉਹੋ ਇਸ ਫਿਲਮ ਨੂੰ ਲੈ ਕੇ ਮਤਲਬ ਬਹੁਤ ਪੋਜ਼ਿਟਿਵ ਆ ਸਾਨੂੰ ਰਿਸਪੌਂਸ ਬਹੁਤ ਪੋਜ਼ਿਟਿਵ ਆ ਹੈ ਹਾਲਾਂਕਿ ਸਾਨੂੰ ਇਹ ਚੀਜ਼ਾਂ ਦਾ ਡਰ ਹੁੰਦਾ ਹੈ ਕਿ ਬਾਅਦ ਦੇ ਵਿੱਚ ਅਸੀਂ ਮਿਲਦੇ ਆ ਤਾਂ ਹਾਂ ਰਾਈਟਸ ਦਾ ਇਸ਼ੂ ਹੁੰਦਾ ਜਾਂ ਮਤਲਬ ਸਾਡੇ ਮਨ ਚ ਉਹ ਚੀਜ਼ ਨਹੀਂ ਸੀ ਕਿਉਂਕਿ ਅਸੀਂ ਕਮਰਸ਼ੀਅਲ ਪੁਆਇੰਟ ਆਫ 뷰 ਤੋਂ ਨਹੀਂ ਦੇਖਿਆ ਸੀ ਫਿਲ ਆਰਟਿਸਟਿਕ ਪੁਆਇੰਟ ਆਫ 뷰 ਤੋਂ ਦੇਖਿਆ ਸੀ ਸਾਡੀ ਅਪਰੋਚ ਉਹ ਜਿਹੜੀ ਫਿਲਮ ਦੀ ਉਹ ਸੋਲ ਸੀਗੀ ਅਸੀਂ ਉਹਨੂੰ ਸੀ ਇਹ ਚ ਖਾਸ ਮੈਂਸ਼ਨ ਕਰਨ ਵਾਲੀ ਇੱਕ ਇਹ ਗੱਲ ਵੀ ਹੈਗੀ ਆ ਕਿ ਅਸੀਂ ਇਹਦੇ ਵਿੱਚ ਇੱਕ ਮਿੱਟੀ ਦਾ ਪੋਰਟਰੇਟ ਜਿਹੜਾ ਯੂਜ਼ ਕੀਤਾ ਜਿਹੜਾ ਕਿ ਜਨਕ ਆਰਟਿਸਟ ਨੇ ਬਣਾਇਆ ਰਾਮਗੜ੍ਹ ਤੋਂ ਉਹ ਹੈਗੇ ਆ ਉਹਨਾਂ ਨੇ ਬਾਲੀਵੁੱਡ ਫਿਲਮਾਂ ਤੱਕ ਜਿਹੜਾ ਹੈਗਾ ਉਹ ਆਪਣੀ ਆਰਟ ਦੇ ਥਰੂ ਵਰਕ ਕੀਤਾ ਈਵਨ ਬਾਹੂਬਲੀ ਤੱਕ ਉਹਨਾਂ ਦੇ ਜਿਹੜੇ ਬੁੱਤ ਹੈਗੇ ਆ ਉਹਨਾਂ ਨੇ ਉਹ ਬਣਾਏ ਆ ਤੇ ਉਹ ਉਹਨਾਂ ਨੇ ਸਿਰਫ ਵਨ ਡੇ ਦੇ ਵਿੱਚ ਜਿਹੜਾ ਉਹ ਔਰਤ ਦਾ ਅਸੀਂ ਇਹ ਜਿਹੜੀ ਫਿਲਮ ਦੀ ਕਹਾਣੀ ਹੈ ਸਾਰੀ ਉਹ ਬੁੱਤ ਦੇ ਉੱਤੇ ਹੀ ਜਿਹੜੀ ਹੈਗੀ ਬੇਸਡ ਹੈਗੀ ਤਾਂ ਉਹਨਾਂ ਨੇ ਇੱਕ ਦਿਨ ਦੇ ਵਿੱਚ ਸਾਨੂੰ ਸਾਰਾ ਉਹ ਕੰਪਲੀਟ ਕਰਕੇ ਦਿੱਤਾ ਤੇ ਸਾਡੇ ਸਾਬ ਜਿਹੜੇ ਐਡੀਟਰ ਹੈਗੇ ਰਮਨ ਸ਼ਰਮਾ ਹੈਗਾ ਨਵਜੇਤਨ ਆਜਾਦਾ ਹੈਗਾ ਅਸੀਂ ਮਤਲਬ ਟੋਟਲ 10 ਤੋਂ 4 ਹਾਂਜੀ ਹਾਂ 3 ਤੋਂ 4 ਬੰਦੀ ਸੀ ਸਾਰੀ ਟੀਮ ਦੇ ਵਿੱਚ ਤੇ ਵੱਡੀ ਗੱਲ ਇਹ ਵੀ ਸੀ ਕਿ ਅਸੀਂ 24 ਘੰਟਿਆਂ ਦੇ ਵਿੱਚ ਸਾਰੀ ਫਿਲਮ ਨੂੰ ਕੰਪਲੀਟ ਕੀਤਾ ਮਤਲਬ ਡੇ 1 ਤੋਂ ਹਾਂਜੀ 10 ਵਜੇ ਮੰਨ ਲਓ ਸਵੇਰੇ ਅਸੀਂ ਸਟਾਰਟ ਕਰਕੇ ਨੈਕਸਟ ਡੇ ਦੇ 10 ਵਜੇ ਤੱਕ ਅਸੀਂ ਟੋਟਲ ਕੰਪਲੀਟ ਕਰਦਾ ਸੀ ਤੇ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਅਸੀਂ ਇਹਨੂੰ ਜੂਨ ਦੇ ਮਹੀਨੇ ਦੇ ਵਿੱਚ ਸ਼ੂਟ ਕੀਤਾ ਸੀ ਤੇ ਉਹ ਮਤਲਬ ਸਾਨੂੰ ਹੁਣ ਇਹ ਲੱਗਦਾ ਕਿ ਜੇ ਉਹਨੂੰ ਇਹ ਅਵਾਰਡ ਮਿਲਿਆ ਹਾਂ ਹਾਂ ਅਸੀਂ ਸੈਟੀਸਫਾਈਡ ਆ ਇਸ ਗੱਲ ਤੋਂ ਕਿ ਆਰਟ ਬੇਸਡ ਇੱਕ ਕੰਟੈਂਟ ਬੇਸਡ ਜਿਹੜੀ ਫਿਲਮ ਹੈਗੀ ਆ ਉਹਨੂੰ ਇੱਕ ਉਹਨਾਂ ਹੁਲਾਰਾ ਮਿਲਿਆ ਕਿ ਉਹਨੂੰ ਸਾਨੂੰ ਲੱਗਿਆ ਕਿ ਅਸੀਂ ਉਸ ਚੀਜ਼ ਦਾ ਸਾਨੂੰ ਹੌਸਲਾ ਮਿਲਿਆ ਕਿ ਅਸੀਂ ਅੱਗੇ ਤੋਂ ਵੀ ਇਹੋ ਜਿਹੀਆਂ ਫਿਲਮਾਂ ਨੂੰ ਬਣਾ ਸਕਾਂਗੇ ਜੀ 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 ਥੈਂਕ ਯੂ